ਗੁੱਡ ਮਾਰਨਿੰਗ ਐਵਰੀਵਨ। ਸਾਡਾ ਹੁਣ ਅੱਜ ਡੇ 4 ਸਟਾਰਟ ਹੋ ਗਿਆ ਹੈ। ਸੋ ਅੱਜ ਹੁਣ ਅਸੀਂ ਥੱਲੇ ਬ੍ਰੇਕਫਾਸਟ ਕਰਨ ਜਾ ਰਹੇ ਹਾਂ। ਬ੍ਰੇਕਫਾਸਟ ਕਰਕੇ ਇਹਨਾਂ ਨੇ ਥੋੜ੍ਹੀ ਦੇਰ ਬਾਹਰ ਘੁੰਮਣਾ ਹੈ, ਬਿਕੋਜ਼ ਇਟਸ ਰੀਲੀ ਨਾਈਸ ਵੈਦਰ ਆਊਟਸਾਈਡ। ਅਤੇ ਫਿਰ ਅਸੀਂ ਇੱਥੇ ਹੀ ਰੌਕਫੋਰਟ ਏਰੀਆ ਵਿੱਚ ਥੋੜ੍ਹੀ ਦੇਰ ਘੁੰਮਾਂਗੇ। ਸੋ ਅੱਜ ਤੁਹਾਨੂੰ ਦਿਖਾਈਏ ਅਸੀਂ ਅੱਜ ਕੀ ਕਰ ਰਹੇ ਹਾਂ। ਹੁਣ ਅਸੀਂ ਬ੍ਰੇਕਫਾਸਟ ਕਰਕੇ ਬਾਹਰ ਆ ਗਏ ਹਾਂ ਅਤੇ ਕਹਿੰਦੇ ਥੋੜ੍ਹੀ ਦੇਰ ਇੱਥੇ ਬਾਹਰ ਘੁੰਮਣਾ ਹੈ। ਹੁਣ ਇਹ ਰਿਜ਼ੋਰਟ ਦੀ ਆਹ ਸਾਰੀ ਸਾਈਡ 'ਤੇ ਘੁੰਮ ਆਏ ਨੇ ਅਤੇ ਅਸੀਂ ਯੂਜਲੀ ਜਿੰਨੇ ਦਿਨ ਰਹੇ ਹਾਂ ਉਹ ਵਾਲੀ ਸਾਈਡ 'ਤੇ ਰਹੇ ਹਾਂ ਜਿੱਥੇ ਪੂਲ ਵਗੈਰਾ ਹੈ, ਮਾਇਲ ਦਾ ਵਾਕ ਹੈ। ਹੁਣ ਇਹ ਵਾਪਸ ਉੱਧਰ ਨੂੰ ਜਾ ਰਹੀ ਹੈ ਦੂਸਰੀ ਸਾਈਡ ਨੂੰ। ਅੱਜ ਸਾਡਾ 3rd ਡੇ ਹੈ ਇੱਥੇ। ਸੋ ਅੱਜ ਜਿਹੜੀ ਚੀਜ਼ਾਂ ਨੇ ਨਹੀਂ ਕੀਤੀਆਂ ਸਾਰੀਆਂ ਇੱਥੇ ਰਿਜ਼ੋਰਟ 'ਤੇ ਆਊਟਸਾਈਡ ਐਕਸਪਲੋਰ ਕਰ ਰਹੇ ਹੈ। ਗੋਲਫ ਕਰਦੇ ਆ, ਇੱਥੋਂ ਟਰੈਕਟਰ ਜਿਹੇ ਲੈ ਜਾਂਦੇ ਉੱਧਰ ਪਿੱਛੇ ਪਿੱਛੇ ਗੋਲਫ ਕਰਕੇ ਅਤੇ ਫਿਰ ਆ ਜਾਂਦੇ। ਹਾਂ, ਇੱਥੇ ਸੈਮੋਸਟ ਰਿਜ਼ੋਰਟਸ ਦਾ ਸਪਾ ਹੈ, ਥੋੜ੍ਹੀ ਦੇਰ ਜਾ ਕੇ ਆਵਾਂਗੇ। ਅੱਜ ਤਾਂ ਥੰਡਰਸ ਹੋ ਰਹੇ ਆ, ਬਸ ਆਵਾਜ਼ ਸੁਣ ਰਹੀ, ਹੁਣ ਬਸ ਬਾਰਿਸ਼ ਆਉਣੀ ਵਾਲੀ ਹੈ। ਹੋ ਗਈ ਇੱਥੇ ਹੁਣ ਬਾਰਿਸ਼ ਸ਼ੁਰੂ, ਜਿਸ ਤਰ੍ਹਾਂ ਥੰਡਰਸ ਸੁਣ ਰਹੇ ਸੀ ਲੱਗ ਹੀ ਰਿਹਾ ਸੀ ਕਿ ਬਾਰਿਸ਼ ਆਉਣੀ ਹੈ। ਵਾਓ, ਮੈਂ ਨੋਟਿਸ ਨਹੀਂ ਕੀਤਾ ਪਰ ਇੱਕ ਵੀ ਨੇ ਹੁਣੇ ਦੱਸਿਆ, ਕਹਿੰਦਾ ਮੰਮਾ ਉਹ ਜਿਹੜੇ ਲੋਕ ਹੁਣ ਅੱਜ 1 ਮਾਈਲ ਵਾਕ 'ਤੇ ਗਏ ਆ ਉਹ ਭਿੱਜ ਗਏ ਹੋਣੇ ਆ। ਐਂਡ ਆਈ ਐਕਚੁਅਲੀ ਸੀ ਇੱਕ ਵੀ ਪੀਪਲ ਕਮਿੰਗ। ਹੁਣ ਅੱਜ ਦੇ ਵੈਦਰ ਵਿੱਚ ਸਾਨੂੰ ਪਤਾ ਸੀ ਕਿ ਅੱਜ ਰੇਨ ਹੋਣੀ ਹੈ ਇੱਥੇ। ਸੋ ਅੱਜ ਅਸੀਂ ਇੱਥੇ ਇਨਡੋਰ ਐਕਟੀਵਿਟੀਜ਼ ਕਰਾਂਗੇ, ਲਾਈਕ ਇਨਡੋਰ ਪੂਲ ਵਿੱਚ ਜਾਵਾਂਗੇ। ਹੁਣ ਅੱਜ ਕਹਿੰਦੇ ਕਿ ਰਿਜ਼ੋਰਟ ਦੇ ਅੰਦਰ ਦੀਆਂ ਸਾਰੀਆਂ ਚੀਜ਼ਾਂ ਦੇਖਣੀਆਂ ਨੇ। ਹਾਂ, ਇੱਧਰ ਇਹਨਾਂ ਦਾ ਫਿਟਨੈਸ ਸੈਂਟਰ ਹੈ, ਇਜ਼ ਅ ਗੇਮ ਰੂਮ, ਇਹ ਗੇਮਸ ਪਿੱਕ ਕਰ ਸਕਦੇ ਆ, ਗੇਮਸ ਇੱਥੇ ਪਲੇ ਕਰ ਸਕਦੇ ਆ। ਹੁਣ ਇੱਥੇ ਅੰਦਰ ਵੀਡੀਓ ਗੇਮ ਖੇਡ ਰਹੇ ਆ, ਮਾਈਨਕ੍ਰਾਫਟ। ਇੱਥੇ ਅੰਦਰ ਇਹਨਾਂ ਦਾ ਫਿਟਨੈਸ ਸੈਂਟਰ ਹੈ। ਉਹ ਸਾਈਡ 'ਤੇ ਸਾਹਮਣੇ ਇਨਡੋਰ ਪੂਲ ਹੈ, ਇੱਧਰ ਫਿਟਨੈਸ ਸੈਂਟਰ ਹੈ ਅਤੇ ਇੱਧਰ ਤੁਹਾਨੂੰ ਗੇਮ ਦਿਸ ਰਹੀ ਹੈ, ਪਲੇ ਕਰਦੇ ਪਏ ਹੈ ਇੱਕ ਵੀਰ ਅਤੇ ਕੌਣ ਵੀਰ, ਉਹ ਸਨੀ ਉੱਥੇ ਨਾਲ ਅੰਦਰ ਬੈਠੇ ਹੈ। ਇਨਡੋਰ ਹੌਟ ਟੱਬ ਹੈ, ਇਨਡੋਰ ਪੂਲ ਹੈ, 8 ਫੀਟ ਤੱਕ ਜਾਂਦਾ ਹੈ। ਸੋ ਵਾਲਾ ਏਰੀਆ 8 ਫੀਟ ਡੀਪ ਹੈ, ਇੱਧਰ ਆ 5 ਫੀਟ ਹੈ, ਫਿਰ ਅੱਗੇ 3 ਫੀਟ ਹੈ। ਹਾਂਜੀ, ਹੁਣ ਅੰਦਰ ਅਸੀਂ ਸਾਰੇ ਰਿਜ਼ੋਰਟ 'ਤੇ ਘੁੰਮ ਲਿਆ ਹੈ ਅਤੇ ਹੁਣ ਅਸੀਂ ਥੋੜ੍ਹੀ ਦੇਰ ਬਾਹਰ ਚੱਲੇ ਹਾਂ। ਮੌਸਮ ਵੀ ਵਧੀਆ ਹੋ ਗਿਆ, ਇੱਥੇ ਰੌਕਫੋਰਟ ਦੇ ਵਿੱਚ ਹੀ ਇੱਕ ਜਗ੍ਹਾ ਹੈ ਆਊਲਸ ਹੈਡ, ਅਸੀਂ ਹੁਣ ਉੱਥੇ ਥੋੜ੍ਹੀ ਦੇਰ ਚੱਲੇ ਹਾਂ। ਆ ਗਿਆ ਜੀ ਇਹਨਾਂ ਦਾ ਆਊਲਸ ਹੈਡ ਲਾਈਟ ਹਾਊਸ, ਇਹ ਹੁਣ ਇੱਧਰ ਆਊਲਸ ਹੈਡ ਏਰੀਆ ਵਿੱਚ ਘੁੰਮਦੇ ਪਏ ਆ। ਥੋੜ੍ਹੀ ਜਿੱਥੇ ਟ੍ਰੇਲਿੰਗ ਏਰੀਆ ਹੈ ਇੱਥੇ ਵਾਕ ਕਰ ਰਹੇ ਆ। ਇੱਧਰ ਸਾਈਡ 'ਤੇ ਓਸ਼ਨ ਵਿਊ ਹੈ ਅਤੇ ਇੱਧਰ ਅਸੀਂ ਟ੍ਰੇਲਿੰਗ ਕਰ ਰਹੇ ਹਾਂ। ਇਹ ਪਿਓ ਪੁੱਤਰਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ ਹੈ, ਜਾ ਰਹੇ ਆ ਉਹਨਾਂ ਨੂੰ ਜੁਆਇਨ ਕਰਨ ਵਾਸਤੇ। ਜਦੋਂ ਟ੍ਰੇਲਿੰਗ ਕਰਦੇ ਕਰਦੇ ਅੱਗੇ ਜਾ ਕੇ ਇੱਥੇ ਲਾਈਟ ਹਾਊਸ ਆ ਜਾਂਦਾ ਹੈ। ਓ, ਇੱਧਰ ਸਾਰੇ ਓਸ਼ਨ ਹੈ ਅਤੇ ਨਾਲ ਉੱਪਰ ਲਾਈਟ ਹਾਊਸ ਹੈ। ਇੱਧਰੋਂ ਸਾਰੇ ਭੱਜ ਕੇ ਇੱਕ ਵੀਰ ਜਾ ਕੇ ਉਹ ਉੱਪਰ ਲਾਈਟ ਹਾਊਸ 'ਤੇ ਖੜਾ ਹੋ ਗਿਆ। ਕੌਣ ਵੀਰ ਕਿੱਥੇ ਉੱਪਰ ਜਾ ਕੇ ਲਮਕ ਰਿਹਾ? ਆਈ ਨੋ, ਵੀਰ ਕਹਿੰਦਾ ਕਿ ਮੰਮਾ ਥੋੜ੍ਹੇ ਥੋੜ੍ਹੇ ਇੱਥੇ ਰੇਨ ਡ੍ਰੌਪਸ ਜਿਹੜੇ ਨੇ ਫੀਲ ਹੋ ਰਹੇ ਹੈ। ਇੱਥੇ ਬਾਰਿਸ਼ ਸ਼ੁਰੂ ਹੋ ਗਈ ਹੈ ਅਤੇ ਅਸੀਂ ਹੁਣ ਇੱਥੇ ਕੋਸ਼ਿਸ਼ ਕਰਨੀ ਹੈ ਜਲਦੀ ਜਲਦੀ ਨਿਕਲਣ ਦੀ। ਸ਼ੁਰੂ ਹੋ ਗਈ ਹੈ ਅਤੇ ਹੁਣ ਥੱਲੇ ਥੱਲੇ ਭੱਜ ਕੇ ਜਾ ਰਹੇ ਹੈ। ਹੁਣ ਅਸੀਂ ਲਾਈਟ ਹਾਊਸ ਦੇਖ ਕੇ ਆ ਗਏ ਹਾਂ ਅਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਆਪਣੀ ਗੱਡੀ 'ਚ। ਦੇਖਦੇ ਅਸੀਂ ਅਗਲਾ ਨੈਕਸਟ ਸਟੈਪ ਕਿੱਧਰ ਜਾਣਾ। ਅਸੀਂ ਰੌਕਫੋਰਟ ਅਤੇ ਆਊਲਸ ਹੈਡ ਵਾਲਾ ਲਾਈਟ ਹਾਊਸ ਦੇਖ ਕੇ ਉੱਧਰ ਘੁੰਮ ਕੇ ਹੁਣ ਅਸੀਂ ਲੰਚ ਕਰ ਲਿਆ ਹੈ। ਲੰਚ ਅਸੀਂ ਸੇਮ ਪਲੇਸ 'ਤੇ ਕੀਤਾ ਜਿਹੜਾ ਕੱਲ੍ਹ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ, ਕੈਮਡਨ ਵਿੱਚ ਡੈਲੀ ਦੇ ਸੈਂਡਵਿਚਿਸ ਖਾਧੇ ਸੀ। ਹੁਣ ਅਸੀਂ ਇੱਥੇ ਕੈਮਡਨ ਵਿੱਚ ਹੀ ਹਾਂ ਰਾਈਟ ਨਾਓ ਐਂਡ ਇੱਥੇ ਆਲਟਮੇਅਰ ਫਾਰਮ ਹੈ, ਅਸੀਂ ਹੁਣ ਫਾਰਮ 'ਤੇ ਜਾ ਰਹੇ ਹਾਂ। ਹਾਂ, ਇੱਥੇ ਕੈਓਜ ਫਾਰਮ 'ਚ
ਥੋੜੀ ਦੇਰ ਫਾਰਮ ਤੇ ਰੁਕੇ ਆ, ਥੋੜਾ ਜਿਹਾ ਦੇਖ ਕੇ, ਕਹਿੰਦੇ ਇੱਥੇ ਕਾਊਜ਼ ਵਗੈਰਾ ਹੀ ਹੈ, ਚੱਲੀਏ ਵਾਪਸ ਸਮੋਸਟ ਰਿਜ਼ੋਰਟ, ਉੱਥੇ ਜਾ ਕੇ ਅਸੀਂ ਮੇਨ ਸਪੋਰਟ ਪਹਿਲਾਂ ਜਾਣਾ. ਓਕੇ, ਸੋ ਹੁਣ ਓਕੇ, ਇਹਨਾਂ ਦੇ ਪਲਾਨ ਦੋ ਦੋ ਮਿੰਟ ਬਾਅਦ ਚੇਂਜ ਹੁੰਦੇ ਆ, ਕਿਉਂਕਿ ਇਹਨਾਂ ਨੇ ਕਾਫੀ ਕੁਛ ਇੱਥੇ ਘੁੰਮ ਲਿਆ, ਹੁਣ ਬਸ ਅੱਜ ਦਾ ਦਿਨ ਟਾਈਮ ਪਾਸ ਹੀ ਕਰਦੇ ਪਏ ਆ. ਐਂਡ ਉੱਥੇ ਸਟੋਰਸ ਵਗੈਰਾ 'ਤੇ ਕਹਿੰਦੇ ਹੁਣ ਜਾਣਾ ਅਤੇ ਫਿਰ ਜਾਣਗੇ ਆ ਪੂਲ ਵਿੱਚ. ਇਹ ਹੁਣ ਸਾਰਾ ਰੌਕਪੋਰਟ ਘੁੰਮ ਘੁੰਮਾ ਕੇ ਇੱਧਰ ਵਾਪਸ ਆ ਗਏ ਆ ਰਿਜ਼ੋਰਟ ਵਿੱਚ, ਅਤੇ ਉੱਥੇ ਉਹਨਾਂ ਨੇ ਗੇਮਸ ਵਗੈਰਾ ਕਹਿੰਦੇ ਇੱਥੇ ਪਲੇ ਕਰਨੀਆਂ ਨੇ, ਬਾਹਰ ਚੈਸ ਹੈ, ਇੱਧਰ ਪਲੇ ਗਰਾਊਂਡ ਹੈ, ਕਮਵੀਰ ਪਲੇ ਗਰਾਊਂਡ ਵੱਲ ਚੱਲ ਗਿਆ, ਏਕਮਵੀਰ ਇੱਧਰ ਪਲੇ ਕਰਨ ਲੱਗਾ, ਏਕਮਵੀਰ ਐਂਡ ਸਨੀ ਪਲੇਇੰਗ ਕਰਲਿੰਗ. ਓ ਨਾਈਸ ਏਕਮਵੀਰ, ਓ ਕਮਨਵੀਰ ਪਹਿਲਾਂ ਭਾਜੀ ਦੀ ਟਰਨ ਹੈ ਫਿਰ ਤੇਰੀ ਆਣੀ, ਵੇਟ ਕਰ ਕਮਨਵੀਰ. ਕਮਨ ਵੀ ਟਰਾਈ ਕਰਦਾ ਮੈਂ ਪਲੇ ਕਰਨ ਦੀ. ਆ ਗਈ ਆਪਣੀ ਟੈਨਿਸ ਰੈਕਟ ਲੈ ਕੇ ਖੇਡਣ ਵਾਸਤੇ. ਝੂਲਾ ਇੱਥੇ ਵੀ ਲੱਭ ਲਿਆ, ਡਿਸਪਲੇ ਆਏ ਉਹ ਖੇਡਣ ਲੱਗੇ ਆ. ਚਲੋ ਜੀ, ਚਾਹ ਤਾਂ ਮੇਰੀ ਹੋ ਗਈ ਰੈਡੀ, ਹੁਣ ਅਸੀਂ ਅੱਜ ਇੱਥੇ ਸਾਰਾ ਘੁੰਮ ਫਿਰ ਲਿਆ ਏ. ਐਂਡ ਅੱਜ ਇੱਥੇ ਸਾਡੀ ਲਾਸਟ ਨਾਈਟ ਹੈ, ਉਹਨੇ ਇੱਕ ਵਾਰੀ ਫਿਰ ਪੂਲ ਵੀ ਜਾਇਆ ਹੈ, ਸਾਰਾ ਕੁਛ ਕਰ ਲਿਆ, ਹੁਣ ਅਸੀਂ ਡਿਨਰ ਕਰਨ ਜਾਣ ਲੱਗੇ ਹਾਂ ਬਾਹਰ. ਇਹਨਾਂ ਨੇ ਘੁੰਮਦੇ ਘੁੰਮਾਉਂਦੇ ਫਿਰ ਅਸੀਂ ਡਿਸਾਈਡ ਕੀਤਾ ਹੈ ਕਿ ਅੱਜ ਅਸੀਂ ਫਲੈਟ ਬ੍ਰੈਡ ਖਾਵਾਂਗੇ ਇੱਥੇ. ਫਲੈਟ ਬ੍ਰੈਡ ਸਾਡੇ ਰਿਜ਼ੋਰਟ ਦੇ ਕੋਲ ਹੀ ਸੀ, 5 ਮਿੰਟਸ, ਕਹਿੰਦੇ ਫਲੈਟ ਬ੍ਰੈਡ ਖਾਣ ਚੱਲਦੇ ਹਾਂ. ਪਹੁੰਚ ਗਿਆ ਫਲੈਟ ਬ੍ਰੈਡ ਹੁਣੇ. ਇੱਥੇ ਜਿਹੜਾ ਬਰਲਿੰਗਟਨ 'ਚ ਫਲੈਟ ਬ੍ਰੈਡ ਹੈ ਥੋੜ੍ਹਾ ਜਿਹਾ ਜ਼ਿਆਦਾ ਵੱਡਾ ਹੈ, ਇਹ ਥੋੜ੍ਹਾ ਜਿਹਾ ਛੋਟਾ ਹੈ, ਪਰ ਇੱਥੇ ਸਿਮਿਲਰ ਥਿੰਗ ਸੇਮ ਵੇ. ਪੀਜ਼ਾ ਇੱਥੇ ਟਰਾਈ ਕਰਨ ਲੱਗੇ ਹਾਂ, ਰੋਸਟਡ ਕਾਲੀਫਲਾਵਰ ਵਾਲਾ. ਘੁੰਮ ਲਓ ਹੁਣ ਅੱਜ ਲਾਸਟ ਰਾਕਪੁਰ ਦੀਆਂ ਗਲੀਆਂ ਮੇਨ ਦੀਆਂ, ਕੱਲ੍ਹ ਅਸੀਂ ਵਾਪਸ ਜਾ ਰਹੇ ਹਾਂ. ਬਾਰਿਸ਼ ਪੈ ਰਹੀ ਹੈ, ਇਹਦੀਆਂ ਸਮੋਲਸ ਅੰਦਰ ਹੀ ਕਰ ਰਹੇ ਹਾਂ. ਹੁਣ ਬਸ ਅਸੀਂ ਘੁੰਮ ਕੇ ਡਿਨਰ ਕਰਕੇ ਵਾਪਸ ਰਿਜ਼ੋਰਟ ਦੇ ਵਿੱਚ ਆ ਗਏ ਹਾਂ, ਅਤੇ ਬੱਚਿਆਂ ਨੇ ਸਮੋਲਸ ਵੀ ਖਾ ਲਏ ਆ, ਅਤੇ ਮੈਂ ਵੀ ਕੱਪ ਆਫ ਟੀ ਲੈ ਲਈ ਹੈ, ਅਤੇ ਹੁਣ ਬਸ ਆਰਾਮ ਨਾਲ ਰਿਲੈਕਸ ਕਰਕੇ ਪੀ ਕੇ ਫਿਰ ਪੈਕਿੰਗ ਕਰਕੇ ਅਤੇ ਕੱਲ੍ਹ ਸਾਡੀ ਵਾਪਸ ਤਿਆਰੀ. ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਆਪਣੀ ਫਰੈਂਡਸ ਐਂਡ ਫੈਮਿਲੀ ਦੇ ਨਾਲ ਸ਼ੇਅਰ ਕਰਿਓ, ਐਂਡ ਸਬਸਕ੍ਰਾਈਬ ਟੂ ਦਾ ਚੈਨਲ ਜੇ ਤੁਸੀਂ ਅੱਜ ਤੱਕ ਨਹੀਂ ਕੀਤਾ. ਬਾਏ ਫੋਰ ਨਾਓ.